बिल्कुल कोर्स करके आने ने कोर्स करके आ रहे ने इत्थे आने ने जी और कोई जहां बेचारे टेक वे ते आ जाने ने जी जी भांडे हंडे धोंदे ने ते जा जनाब नाइयां दा काम नाइयां माहौल है जनाब तुसी वेख्या ते कुर्सियां शुरियां लगियां ने टीवी शीवी पुराना पिया लेकिन बुजुर्ग बंदे दा हाथ नहीं कर सही कर सकदे ਉਹ ਫਿਰ ਦੇਸੀ ਬੰਦਾ ਹੀ ਕਰ ਸਕਦਾ ਜੀ ਅਸਲਾਮ ਜੀ ਉਮੀਦ ਕਰਦਾ ਸੀ ਸਾਰੇ ਖਰੀਏ ਨਾਲ ਹੋਵੋਗੇ ਅੱਜ ਮੈਂ ਬਾਹਰ ਆਇਆ ਸੀ ਮਾਸ਼ਾਅੱਲਾ ਤੁਸੀਂ ਤੇ ਵਲੈਤੀ ਨਾਚ ਤੇ ਵੇਖੇ ਹੋਣੇ ਅੱਜ ਅਸੀਂ ਦੇਸੀ ਨਾਚ ਵਿਖਾਵਾਂਗੇ ਜਨਾਬ ਬਹੁਤ ਹੀ ਪਿਆਰੇ ਸਾਡੇ ਭਾਈ ਨੇ ਦੇਸੀ ਇਸਰਾਇਲ ਦਾ ਨਾਈ ਹੈ ਤੇ ਨਾਲ ਗੱਪਾਂ ਸ਼ੱਪਾਂ ਲਵਾਵਾਂਗੇ ਤੇ ਜ਼ਬਰਦਸਤੀਆਂ ਗੱਲਾਂ ਵੀ ਸੁਣਾਉਂਦੇ ਨੇ ਉਹ ਵੀ ਤੁਹਾਡੇ ਨਾਲ ਕਰਾਂਗੇ ਸ਼ੇਅਰ ਚਲੋ ਚੱਲਦੇ ਹਾਂ ਦੁਕਾਨ ਦੇ ਅੰਦਰ ਤੇ ਭਾਈ ਔਰ ਅੰਦਰ ਹੀ ਨੇ ਤੇ ਲਾਵਾਂਗੇ ਉਹਨਾਂ ਨਾਲ ਗੱਪ ਸ਼ੱਪ ਤੇ ਤੁਹਾਡੇ ਨਾਲ ਵੀ ਕਰਾਂਗੇ ਸ਼ੇਅਰ ਕੀ ਖਿਆਲ ਹੈ ਚਲੋ ਚੱਲੀਏ ਫਿਰ ਵਿਖਾਈਏ ਤੁਹਾਨੂੰ ਅੱਜ ਦਾ ਮਾਹੌਲ ਉਹ ਵੀ ਨਾਈਆਂ ਦੀ ਦੇਸੀ ਦੁਕਾਨ ਤੇ ਹੈਗਾ ਜੀ ਬਾਬਰ ਤੇ ਚੀਜ਼ਾਂ ਚੀਜ਼ਾਂ ਬਾਹਰ ਰੱਖੀਆਂ ਨੇ ਵੀਡੀਓ ਸ਼ੀਡੀਓ ਪੁਰਾਣੇ ਰੱਖੇ ਨੇ ਸਾਰਾ ਸਿਸਟਮ ਵੇਖ ਲਓ ਸਿਸਟਮ ਬੜਾ ਜ਼ਬਰਦਸਤ ਹੈ ਜਨਾਬ ਦੁਕਾਨ ਤੇ ਖੁੱਲੀ ਹੈ ਉਹ ਦੁਕਾਨ ਦੇ ਅੰਦਰ ਆ ਗਿਆ ਭਾਈ ਔਰ ਸਾਹਮਣੇ ਹੀ ਬੈਠੇ ਨੇ ਅਸਲਾਮੁ ਅਲੈਕੁਮ ਜੀ ਬਿਸਮਿਲ੍ਲਾਹ ਵਅਲੈਕੁਮ ਸਲਾਮ ਵਰਹਮਤੁਲਾਹ ਵਬਰਕਾਤ ਕੀ ਹਾਲ ਹੈ ਭਾਈ ਜਾਨ ਅੱਲਾ ਦੀ ਬੜੀ ਮਿਹਰਬਾਨੀ ਕੋਈ ਚਾਹ ਪੀਓ ਤੇ ਬਣਾ ਮਿਹਰਬਾਨੀ ਜਨਾਬ ਕੋਈ ਚਾਹ ਸ਼ਾਹ ਇਹ ਕਿਸ ਤਰ੍ਹਾਂ ਹੋ ਸਾਰੇ ਚਾਹ ਨੋ ਗਏ ਨਹੀਂ ਨਹੀਂ ਚਾਹ ਹੀ ਚਾਹ ਤੁਸੀਂ ਪੁੱਛ ਲਈ ਇਹ ਕਾਫੀ ਹੈ ਜਨਾਬ ਹੋਰ ਕੋਈ ਕਿੱਧਰ ਆ ਜੇ ਵਿਹਲੇ ਹੀ ਬੈਠੇ ਹੋ ਕੋਈ ਬੰਦਾ ਛੰਦਾ ਨਹੀਂ ਨਜ਼ਰ ਆ ਰਿਹਾ ਸ਼ੁਕਰ ਅਲਹਮਦੁਲਿਲਾ ਹੁਣੇ ਕੋਈ ਆ ਜਾਂਦਾ ਬਸ ਐ ਨਮਾਜ਼ ਪੜ੍ਹਦੇ ਬਾਅਦ ਚ ਬੰਦੇ ਸ਼ੁਰੂ ਹੋ ਜਾਣ ਅੱਛਾ ਦੁਆ ਕਰਨਾ ਫਿਰ ਬੰਦੇ ਆ ਜਾਂਦੇ ਸ਼ੁਰੂ ਹੋ ਬਿਲਕੁਲ ਤੇ ਮੈਨੂੰ ਇਹ ਦੱਸੋ ਜਨਾਬ ਤੇ ਯੂਕੇ ਦੇ ਅੰਦਰ ਜਨਾਬ ਤੇ ਇੱਥੇ ਬੜੇ ਡਿਜੀਟਲ ਜੇ ਹੇਅਰ ਸੈਲੂਨ ਹੁੰਦੇ ਨੇ ਤੁਹਾਡਾ ਤਾਂ ਬੜਾ ਦੇਸੀ ਜਿਹਾ ਮਾਹੌਲ ਹੈ ਜੀ ਮੈਂ ਬੰਦਾ ਵੀ ਦੇਸੀ ਹਾਂ ਤੇ ਮੇਰਾ ਮਾਹੌਲ ਵੀ ਦੇਸੀ ਹੈ ਤੇ ਨਾਲੇ ਮੈਂ ਫੈਸ਼ਨ ਫੂਸ਼ਨ ਨਹੀਂ ਜਰਾ ਕਰਦਾ ਮੈਂ ਸਾਦੇ ਜੇ ਬੰਦਿਆਂ ਦੇ ਬਜ਼ੁਰਗ ਆਦਮੀ ਹੋ ਗਏ ਜਾਂ ਕੋਈ ਛੋਟੇ ਬੱਚੇ ਹੋ ਗਏ ਜੀ ਜੀ ਮੇਰੀ ਉਹਨਾਂ ਨਾਲ ਜ਼ਿਆਦਾ ਗੱਪ ਹੈ ਬਜ਼ੁਰਗਾਂ ਨਾਲ ਅੱਛਾ ਤੇ ਬੰਦੇ ਵੀ ਦੇਸੀ ਆਉਂਦੇ ਨੇ ਇੱਥੇ ਬੰਦੇ ਵੀ ਦੇਸੀ ਆਉਂਦੇ ਨੇ ਕੋਈ ਵਿਲਾਇਤੀ ਘੱਟ ਹੀ ਆਉਂਦੇ ਨੇ ਮੇਰੇ ਕੋਲ ਤੇ ਫੇ ਇਹ ਦੱਸੋ ਜੀ ਨਾਂ ਆਪਣਾ ਕੀ ਤੁਹਾਡਾ ਭਾਈ ਜਾਨ ਮੇਰਾ ਨਾਂ ਤੇ ਵੈਸੇ ਮੁੰਦਰਜ਼ਾਕ ਹੈ ਲੇਕਿਨ ਅਬਦਰਜ਼ਾਕ ਵੀ ਆਇਆ ਤੇ ਮੁੰਦਰਜ਼ਾਕ ਵੀ ਆਇਆ ਤੇ ਪਾਕਿਸਤਾਨ ਕਿਹੜੇ ਲਾਗੇ ਤੋਂ ਪਾਕਿਸਤਾਨ ਜੀ ਮੇਰਾ ਮਾਸ਼ਾਅੱਲਾ ਗੁਜਰਾਤ ਲਾਗੇ ਹੈ ਗੁਜਰਾਤ ਤੇ ਨਾਈਆਂ ਦਾ ਕੰਮ ਇੱਥੇ ਸਿੱਖਿਆ ਪਾਕਿਸਤਾਨ ਨੂੰ ਸਿੱਖਿਆ ਨਹੀਂ ਸਾਹਿਬ ਇੱਥੇ ਸਿੱਖਿਆ ਸਾਹਿਬ ਜੀ ਪਾਕਿਸਤਾਨ ਨੂੰ ਕੀ ਸਿੱਖ ਕੇ ਆਏ ਸੀ ਪਾਕਿਸਤਾਨ ਨੂੰ ਤੇ ਜ਼ਿਮੀਦਾਰ ਸਾਂ ਜੀ ਮਾਸ਼ਾਅੱਲਾ ਜਿਵੇਂ ਹਲਵਾਈ ਦਾ ਸੀ ਜ਼ਮੀਨ ਹੈ ਆਪਣੀ ਮਾਸ਼ਾਅੱਲਾ ਤੇ ਫਿਰ ਨਾਈਆਂ ਦੇ ਸ਼ੋਅ ਵਿੱਚ ਕਿਸ ਤਰ੍ਹਾਂ ਉਹ ਜਨਾਬ ਇੱਥੇ ਤੁਸੀਂ ਆਏ ਆ ਤੇ ਇੱਥੇ ਕੰਮ ਮਾਸ਼ਾਅੱਲਾ ਚੰਗਾ ਸੀ ਅੱਛਾ ਨੋਟ ਵਾਹ ਸੀ ਇਹਦੇ ਬਿਲਕੁਲ ਤੇ ਮੈਂ ਕਿਹਾ ਵੀ ਇਹ ਕੰਮ ਸਿੱਖ ਲੈਣਾ ਚਾਹੀਦਾ ਉਹ ਫਿਰ ਹੈ ਕਿ 71 ਦੇ ਵਿੱਚ ਫਿਰ ਇਹ ਕੰਮ ਸਿੱਖਿਆ ਸੀ ਹਾਂਜੀ ਕਿਉਂਕਿ ਅਗਰ ਪਾਕਿਸਤਾਨ ਅਸੀਂ ਨਾਈਆਂ ਦਾ ਕੰਮ ਕਰਨੇ ਤੇ ਲੋਕ ਤੇ ਵੈਸੇ ਨਹੀਂ ਸੀ ਖਲੋ ਦੇਣਾ ਵੇਖ ਲਓ ਜੀ ਕੌਣ ਬਿਲਕੁਲ ਉੱਥੇ ਦਾ ਹਿਸਾਬ ਹੀ ਹੋ ਰਿਹਾ ਹੈ ਹਾਂਜੀ ਉੱਥੇ ਦਾ ਹਿਸਾਬ ਹੋ ਰਿਹਾ ਉਹ ਸਾਹਿਬ ਵੇਖ ਲਓ ਚੌਧਰੀ ਇਹ ਤੇ ਨਾਈਆਂ ਦਾ ਕੰਮ ਕਰ ਰਿਹਾ ਬਿਲਕੁਲ ਜੀ ਇੱਥੇ ਨਾਈਆਂ ਦੇ ਕੰਮ ਦੀ ਬੜੀ ਇੱਜ਼ਤ ਹੈ ਇੱਥੇ ਮੈਂ ਪਿਆ ਯਕੀਨ ਕਰੋ ਇਸ ਵਕਤ ਸਾਡੇ ਰਾਜੇ ਤੇ ਚੌਧਰੀ ਮਾਸ਼ਾਅੱਲਾ ਪਾਕਿਸਤਾਨ ਨੂੰ ਕੰਮ ਸਿੱਖ ਕੇ ਪਿਆਉਂਦੇ ਨੇ ਨਾਈਆਂ ਦਾ ਬਿਲਕੁਲ ਕੋਰਸ ਕਰਕੇ ਆਉਂਦੇ ਨੇ ਕੋਰਸ ਕਰਕੇ ਆ ਰਹੇ ਨੇ ਇੱਥੇ ਆਉਂਦੇ ਨੇ ਜੀ ਹੋਰ ਕੋਈ ਜਾਂ ਵਿਚਾਰੇ ਟੇਕ ਵੀ ਤੇ ਆ ਜਾਂਦੇ ਨੇ ਜੀ ਜੀ ਭਾਂਡੇ ਹੰਡੇ ਧੋਂਦੇ ਨੇ ਤੇ ਜਾਂ ਜਨਾਬ ਨਾਈਆਂ ਦਾ ਕੰਮ ਨਾਈਆਂ ਦਾ ਕੰਮ ਤੇ ਨਾਈਆਂ ਦੇ ਕੰਮ 'ਚ ਪੈਸੇ ਮਾਸ਼ਾਅੱਲਾ ਜੀ ਹੁਣ ਇੱਕ ਬੰਦਾ 6-7-8-9-10 ਪਾਉਂਡ ਇੱਕ ਬੰਦੇ ਦੇ ਵਾਲ ਕੱਟੋ ਤੇ ਇੰਨੇ ਪੈਸੇ ਭੇ ਲੈਂਦੇ ਨੇ ਨਾਈ ਇਸ ਵੇਲੇ ਬਣ ਗਏ ਨੇ ਕੀ ਕਰਦੇ ਬਸ ਇਹਦਾ ਮਤਲਬ ਇਹ ਤੁਸੀਂ ਕਹਿਣਾ ਚਾਹੁੰਦੇ ਪਾਕਿਸਤਾਨ ਨੂੰ ਜਿਹੜਾ ਬੰਦਾ ਯੂਕੇ ਆਵੇ ਨਾਈਆਂ ਦਾ ਕੰਮ ਕਰ ਗਿਆ ਮੈਂ ਪਹਿਣਾ ਜੀ ਹੁਣ ਜਿਸ ਵਕਤ ਮੈਂ ਇੱਥੇ ਆਇਆ ਸਾਂ ਇੱਥੇ ਯਕੀਨ ਕਰੋ ਸਾਡੀਆਂ 3 ਦੁਕਾਨਾਂ ਸਨ ਹੁਣ 35-30 ਦੁਕਾਨਾਂ ਹੋ ਗਈਆਂ ਛਾ ਗਏ ਨੇ ਨਾਈ ਯੂਕੇ ਦੇ ਅੰਦਰ ਚੰਗੇ ਭਲੇ ਛਾ ਕੇ ਨੇ ਤੇ ਇਹ ਕੀ ਸਿਸਟਮ ਹੈ ਤੁਸੀਂ ਤੇ ਪਾਕਿਸਤਾਨ ਵਾਲਾ ਜਿਵੇਂ ਜਾਈਏ ਨਾ ਆਪਣੀ ਦੁਕਾਨ ਤੇ ਜੀ 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 ਤੇ ਤੁਸੀਂ ਸ਼ੀਸ਼ੇ ਦੇ ਵਿੱਚ ਸ਼ੀਸ਼ਾ ਲਾਇਆ ਉਹ ਬਸ ਜੀ ਮੈਂ ਉਧਰ ਵੇਖਣਾ ਦੋ ਪਾਸੇ ਵੇਖ ਲੈਣਾ ਨਾ ਅੱਛਾ ਆ ਵੇਖੋ ਜੀ ਤੁਸੀਂ ਕਹਿੰਗੇ ਜੀ ਡਿਜੀਟਲ ਲਾਇਆ ਹੈ ਵੇਖੋ ਸਾਡੇ ਭਾਈ ਉਹਨੇ ਨਾਈਆਂ ਦਾ ਕੰਮ ਕਰਦੇ ਤੇ ਦੇਸੀ ਤਰੀਕੇ ਦਾ ਸ਼ੀਸ਼ਾ ਲਾਇਆ ਪਿੱਛੇ ਵਿੰਡੋ ਦੇ ਵਿੱਚ ਦੇਸੀ ਸ਼ੀਸ਼ਾ ਲਾਇਆ ਇੱਥੇ ਮਾਸ਼ਾਅੱਲਾ ਵੇਖ ਲਓ ਤੇ ਬਿਲਕੁਲ ਦੇਸੀ ਜਿਹਾ ਲੱਗ ਰਿਹਾ ਹੋਏਗਾ ਯੂਕੇ ਦਾ ਨਾਈ ਨੇ ਨਾਈ ਕਹਿੰਦੇ ਆ ਬਾਬਰ ਵੈਸੇ ਕਹਿੰਦੇ ਨੇ ਇੰਗਲਿਸ਼ ਤੇ ਨਾਈ ਤੇ ਪਾਕਿਸਤਾਨ ਬੈਠੇ ਹੋਏ ਯੂਕੇ ਦੇ ਅੰਦਰ ਬੈਠੇ ਹੋ ਸਾਡਾ ਲਫ਼ਜ਼ ਤੇ ਨਾ ਪੰਜਾਬੀ ਵਿੱਚ ਨਾਈ ਕਹਿੰਦੇ ਨੇ ਜੀ ਹਾਂਜੀ ਤੇ ਜਾਮ ਤੇ ਹੋ ਗਿਆ ਉਰਦੂ ਦਾ ਲਫ਼ਜ਼ ਬਿਲਕੁਲ ਉਹ ਨਾਈਏ ਤੋਂ ਬਗੈਰ ਤੇ ਗੁਜ਼ਾਰਾ ਵੀ ਨਹੀਂ ਤੇ ਕਿਤਰੇ ਵੀ ਨਹੀਂ ਜੀ ਕਿਸੇ ਮੁਲਕ ਵਿੱਚ ਵੀ ਨਹੀਂ ਸਮਝ ਗਏ ਉਹਨੂੰ ਇਹ ਕਿਸੇ ਮੁਲਕ ਵਿੱਚ ਨਹੀਂ ਬਾਹਰ ਨਾਈਆਂ ਦਾ ਕੰਮ ਬਹੁਤ ਵਧੀਆ ਮਾਸ਼ਾਅੱਲਾ ਬੇਹਤਰੀਨ ਕੰਮ ਖਾਸ ਕਰਕੇ ਇਸ ਮੁਲਕ ਦੇ ਵਿੱਚ ਤੇ ਇਸ ਮੁਲਕ ਦੇ ਵਿੱਚ ਤੇ ਯਕੀਨ ਕਰੋ ਬੜੇ ਜਿਸ ਤਰ੍ਹਾਂ ਮੌਲਵੀ ਵਾ ਤੇ ਹਲਵਾ ਨਹੀਂ ਹੁੰਦਾ ਖੀਰ ਇੱਥੇ ਵਾਲ ਕੱਟਣੇ ਵੀ ਅਸਰ ਬੜੇ ਨਰਮ ਜੇ ਵਾਲ ਹੁੰਦੇ ਨੇ ਬੰਦਿਆਂ ਦੇ ਬਿਲਕੁਲ ਸ਼ੈਂਪੂ ਲਾ ਕੇ ਜਨਾਬ ਮਾਸ਼ਾਅੱਲਾ ਤੇ ਬੜੇ ਨਰਮ ਤੇ ਵਿਚਾਰੇ ਇਹ ਜ਼ਿਆਦਾ ਗੰਜੇ ਨੇ ਇਹ ਕੀ ਗੱਲ ਹੈ 99% ਬੰਦੇ ਯੂਕੇ ਦੇ ਗੰਦੇ ਕਿਉਂ ਹੋ ਜਾਂਦੇ ਨੇ ਗੰਜੇ ਇਸ ਗੱਲੇ ਭਾਜੀ ਇੱਕ ਤੇ ਇਹ ਪਾਣੀ ਗਰਮ ਇਸਤੇਮਾਲ ਜ਼ਿਆਦਾ ਕਰਦੇ ਨੇ ਦੂਸਰਾ ਇਹ ਕਿ ਜਿੱਦਾਂ ਕੋਈ ਪੁੱਛਣ ਮੈਂ ਸ਼ੈਂਪੂ ਨਾਲ ਨਾ ਨਹੀਂ ਅਸਲ ਵਜ੍ਹਾ ਪਤਾ ਕੀ ਹੈ ਕਿਉਂ ਭਾਈ ਜਾਨ ਟੈਨਸ਼ਨ ਆ ਜ਼ਿਆਦਾ ਨੇ ਟੈਨਸ਼ਨ ਤੇ ਹਰ ਘਰ ਯਕੀਨ ਕਰੋ ਇਹ ਟੈਨਸ਼ਨ ਦੀ ਗੱਲ ਤੋਂ ਹਰ ਘਰ ਹਾਂਜੀ
दूसरी एक गल कि बंदे साडे मैं जिसे पूछना भाई शैंपू आने शैंपू लाने तो पानी मैं हां शैंपू लाने दा करो 2 मिनट को शेयर विच उधर बाद असर होता शैंपू दा तुसी शैंपू लांदे हो तो पानी पा दें जो शैंपू असर कितु करे ओ असी तो पाकिस्तान कपड़े धोण वाला साबन नहीं होता ओदे नाल नहाईदा सी देसी साबन नाल कोई शक ओदे नाल बाल भी नहीं गिरदे तो सफाई भी बड़ी जबरदस्त होंदी मैं पहना जी बेहतरीन चीज है समझ गए हो ना बहुत बढ़िया सी वैसे लेकिन उठे तो माशाल्लाह जी नलके ते खूह ते ये ते वो खुला पान भाईजान ये दसो दुनिया डिजिटल दौर च चली गई है तुसी माशाल्लाह वही पुराना टीवी रखा इत्थे सामने की चक्कर है पुराना वीडियो ते नाल पुराना सिस्टम तुसी रखे है मैं जहां फिल्मां भी रखे ने पुरानियां बढ़िया बढ़िया पुरानी बल्कि 30-30 साल 35-35 साल पुरानियां फिल्मां ने मेरे को अच्छा ते कई बार बंदे आंदे ने यार वीडियो कित्थों काट ली मैं आखिया मेरे को वीडियो है ना मैं बल्कि वेचना भी है अच्छा वेचदे भी हो वेचना भी है डीवीडी वेचना वीडियो वेचना माशाल्लाह काफी कुछ चीजां वेचना गल है ना वेख लो जी भाई होरां रखे जी कोई टीवी शीवी चाहिदा होवे ना ए वेखो टीवी भी लगा जनाब ते वीडियो ऐ वेख लो जी अजकल ते वीडियो नु कोई पुछदा भी नहीं ते मिलदा भी घट घट ही है ते ऐ वेख लो तशीबा दा टीवी ए 34 साल हो गए ने जी टीवी नु 34 साल ते ए वेखो इना भाई होरा सामान रखया वधिया जिया कोई चीज शी चाहिदी होवे ना एंटीक ते भाई होरा को राबता करो इंशाल्लाह वधिया जी चीजां ते नाल कोई बंदा आ जावे ना अजवा खजूर अल्लाह ताला यार दोस्त खाओ पियो होना चाहिए रौनक मेला होना चाहिए एक जिंदगी है बंदा ना इसे नाल गुजारे की टेंशन च गुजारेगा तो की मिलेगा कुछ भी नहीं टेंशन ते जनाब यकीन करो इत्थे बेचारे आंदे ने बंदे बड़े परेशान होंदे ने तो मैं ये आना नमाज पढ़ो अल्लाह के दुआ करो इंशाल्लाह टेंशन दूर हो जाए बिल्कुल होना ही यही चाहिए ना जी बिल्कुल तो फिर बंदे बेचारे घर ऐ साडा आया जा मुल्क है ना जी इत्थे हर घर टेंशन टेंशन बच्चे जवान हो जाए तो फिर अल्लाह ही मालिक है बिल्कुल मैं इस काम दे विच शुक्र अल्हम्दुलिल्लाह बड़ी अल्लाह दी मेहरबानी अपने किसे कोल सिखिया सी गोरे कोल अच्छा स्पेशल कोर्स कीता मतलब ਨਹੀਂ ਦਾ ਵੀ ਤਾਂ ਕੋਰਸ ਬੜਾ ਔਖਾ ਜਿਹਾ ਹੁੰਦਾ ਹੈ ਨਾ ਜੀ ਬੜਾ ਸੌਖਾ ਕੋਈ ਨਹੀਂ ਅਸਲ ਚ ਇਹ ਦੱਸਦੇ ਰਹਿਣ ਕਿ ਉਹ ਇੱਕ ਦੋ ਵਾਰੀ ਕੱਟੋ ਨਾ ਫਿਰ ਆਪੂ ਪਤਾ ਲੱਗ ਜਾਂਦਾ ਅੱਛਾ ਬਾਇਆ ਕੀ ਕਰਨਾ ਤੇ ਆ ਕੀ ਕਰਨਾ ਉੱਥੇ ਆਉਂਦੇ ਨੇ ਭਾਜੀ ਬੁੱਢੇ ਬੁੱਢੇ ਅੱਛਾ ਬੁੱਢੇ ਬੁੱਢੇ ਆਉਂਦੇ ਨੇ ਬੁੱਢੇ ਬੁੱਢਿਆਂ ਦੀ ਟ੍ਰੇਨਿੰਗ ਹੁੰਦੀ ਹੈ ਜਿਨ੍ਹਾਂ ਦੇ ਵਾਲ ਥੋੜੇ ਹੁੰਦੇ ਨੇ ਉਹ ਆ ਜਾਂਦੇ ਨੇ ਉਸ ਦਾ ਜਵਾਨ ਜਾਣ ਤੇ ਬਹਿੰਦਾ ਨਹੀਂ ਖਰਾਬ ਕਰਦੇ ਤੇ ਉਹ ਫਿਰ ਰੋਲਾ ਪੈ ਜਾਂਦਾ ਤੇ ਬੁੱਢਿਆਂ ਦੇ ਜਨਾਬ ਆਉਂਦੇ ਨੇ ਔਰਤਾਂ ਵੀ ਸਿੱਖ ਰਹੀਆਂ ਨੇ ਉੱਥੇ ਕਾਲੇ ਦੇ ਵਿੱਚ ਤੇ ਮੁੰਡੇ ਵੀ ਸਿੱਖ ਰਹੇ ਨੇ ਸਮਝ ਗਏ ਨਾ कोई 2 महीने लांदा कोई 3 कोई 4 सर्टिफिकेट हाथ च लांदे लो जी सर्टिफिकेट गल हो गया ने अपनी दुकान खोलो जाके जबरदस्त जी बड़े साडे बच्चे माशाल्लाह इत्थे हुण सिख के आ रहे ने बड़े सिख के आ रहे ने रौनक मेला लगा हुंदा है रौनक मेला जी बस है हुणे नमाज तो बाद इंशाल्लाह इत्थे आ जांदे ते फिर गप गप हुंदी रहिंदी नाल चाह चले दी नाल गप होवे बिलकुल ते माशाल्लाह वेख लो जी जेड़ा भाई होरां दा ना ਅਮਾਮ ਬਿਲਕੁਲ ਦੇਸੀ ਐ ਸਿੰਕ ਲੱਗਾ ਬਿਲਕੁਲ ਦੇਸੀ ਜਿਹਾ ਐ ਵੇਖਿਆ ਜੇ ਦੇਸੀ ਜਿਹਾ ਮਾਹੌਲ ਹੈ ਜਨਾਬ ਤੁਸੀਂ ਵੇਖਿਆ ਤੇ ਕੁਰਸੀਆਂ ਸ਼ੁਰਸੀਆਂ ਲੱਗੀਆਂ ਨੇ ਟੀਵੀ ਸ਼ੀਵੀ ਪੁਰਾਣਾ ਪਿਆ ਸਾਰਾ ਅਸਲੀ ਮੇਰਾ ਨਾਮ ਉਹ ਲਿਖਿਆ ਸਮਝ ਗਏ ਨਾ ਅੱਛਾ ਨਾਮ ਭਾਈ ਉਹਨਾਂ ਦਾ ਲਿਖਿਆ ਮੁਹੰਮਦ ਅਬਦੁਲ ਅੱਛਾ ਆ ਗੱਲ ਹੈ ਨਾ ਜੀ ਤੇ ਬਿਲਕੁਲ ਦੇਸੀ ਜਿਹੀਆਂ ਚੀਜ਼ਾਂ ਨੇ ਵੇਖ ਲਓ ਬਹਰਾਲ ਐ ਜੀ ਹੁਣ ਮਸ਼ੀਨ ਘੱਟ ਹੀ ਲੱਭਦੀ ਅੱਜ ਕੱਲ ਤੇ ਵੈਸੇ ਲੱਭਦੀ ਨਹੀਂ ਕਿਧਰੋਂ ਅੱਜ ਕੱਲ ਤੇ ਘੱਟ ਹੀ ਹੈ ਜੀ ਅੱਜ ਕੱਲ ਤੋਂ ਨਾ ਹੀ ਵੀ ਘੱਟ ਹੀ ਲੱਭਦੇ ਨੇ ਮਸ਼ੀਨ ਕਿੱਥੇ ਲੱਭੜੀ ਹੈ ਸਹੀ ਗੱਲ ਹੈ ਜ਼ਬਰਦਸਤ ਹੈ ਜੀ ਮਾਸ਼ਾਅੱਲਾ ਬਹੁਤ ਸ਼ੁਕਰੀਆ ਜੀ ਬੜੀ ਖੁਸ਼ੀ ਹੋਈ ਹੈ ਯਕੀਨ ਕਰ ਤੁਹਾਨੂੰ ਦੇਖਣਾ ਦਿਲ ਖੁਸ਼ ਹੋ ਇਹ ਤੁਹਾਡੀ ਵਜ੍ਹਾ ਨਾਲ ਹੀ ਰੌਣਕਾਂ ਮਿਲਾਤੀ ਨਾਈ ਤੇ ਤੁਹਾਨੂੰ ਕਾਫੀ ਵਿਖਾਏ ਨੇ ਮੈਂ ਸਾਡੇ ਆਪਣੇ ਦੇਸੀ ਨਾਈ ਨੇ ਮਾਸ਼ਾਅੱਲਾ ਹਾਂਜੀ ਦੇਸੀ ਨਾਈ ਵੀ ਤਾਂ ਹੋਣਾ ਚਾਹੀਦਾ ਯੂਕੇ ਦੇ ਅੰਦਰ ਤੇ ਦੇਸੀ ਨਾਈਆਂ ਦੀ ਲੋੜ ਕਾਫੀ ਇੱਥੇ ਬਿਲਕੁਲ ਅੱਜ ਕੱਲ ਬਹੁਤ ਜ਼ਿਆਦਾ ਜ਼ਰੂਰਤ ਹੈ ਨਾਲੇ ਤੇ ਬੰਦਾ ਇੱਥੇ ਆਂਦਾ ਨਾ ਬਾਦਸ਼ਾਹ ਟਟਾਉਣ ਵਾਸਤੇ ਤੇ ਬੰਦਾ ਬੋਰ ਨਹੀਂ ਹੁੰਦਾ
ਗੱਪ ਸ਼ਪ ਨਾਲ ਫ੍ਰੀ ਹੁੰਦੀ ਹੈ ਕਿਉਂ ਨਿਊ ਜਨਰੇਸ਼ਨ ਗੱਪਾਂ ਸ਼ਪਾਂ ਘੱਟ ਹੀ ਲਾਉਂਦੀ ਹੈ ਤੇ ਮਾਸ਼ਾਅੱਲਾ ਅੰਕਲ ਉਹਨਾਂ ਕੋਲ ਸਾਰੇ ਬਜ਼ੁਰਗ ਵੀ ਆਉਂਦੇ ਨੇ ਬੱਚੇ ਵੀ ਆਉਂਦੇ ਨੇ ਸਾਰਾ ਰੌਣਕ ਮੇਲਾ ਇੱਥੇ ਲਾਇਆ ਹੁੰਦਾ ਜਿਹੜਾ ਬੰਦਾ ਇੱਕ ਵਾਰੀ ਆਉਂਦਾ ਨਾ ਫਿਰ ਇੱਥੇ ਹੀ ਰਹਿੰਦਾ ਹੋਰ ਕਿਧਰੇ ਜਾਂਦਾ ਨਹੀਂ ਇੱਥੇ ਜੀ ਇੱਕ ਸਿਆਸਤ ਵਿੱਚ ਆ ਜੀ ਤੇ ਦੀਨ ਦੀਆਂ ਗੱਲਾਂ ਵੀ ਦੋਏ ਗੱਲਾਂ ਹਾਂਜੀ ਦੀਨ ਵੀ ਤੇ ਸਿਆਸਤ ਵੀ ਦੋਏ ਚੀਜ਼ਾਂ ਤੁਹਾਨੂੰ ਮਿਲਣਗੀਆਂ ਜਿਵੇਂ ਪਾਕਿਸਤਾਨ ਆਈਆਂ ਦੀ ਦੁਕਾਨ ਤੇ ਹੁੰਦੀਆਂ ਨੇ ਗੱਪਸ਼ਪ ਉਹ ਹੀ ਗੱਪਸ਼ਪ ਤੁਹਾਨੂੰ ਇੱਥੇ ਮਿਲੇਗੀ ਤੇ ਠੀਕ ਹੈ ਜੀ ਸਾਨੂੰ ਤੇ ਉਹ ਜਿਆਦਾ ਜ਼ਿੰਦਗੀ ਰਹੇ ਤੇ ਫਿਰ ਮੁਲਾਕਾਤ ਹੋਏਗੀ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ ਫਿਰ ਇਨਸ਼ਾਅੱਲਾ ਹਾਰੇ ਤੋਂ ਆਮੀਨ ਜੀ ਆਮੀਨ ਜੀ ਓਕੇ ਜੀ ਅੱਲਾਹ ਹਾਫਿਜ਼ ਫਿਰ ਮਿਲਾਂਗੇ ਜੀ ਕਿਸੇ ਹੋਰ ਦਿਨ ਕਿਸੇ ਹੋਰ ਵੀਡੀਓ ਕਿਸੇ ਹੋਰ ਜਗ੍ਹਾ ਸਾਨੂੰ ਦੇ ਇਜਾਜ਼ਤ ਅੱਲਾਹ ਹਾਫਿਜ਼।